ਵਾਹਿਗੁਰੂ ਜੀ का खालसा ਵਾਹਿਗੁਰੂ जी की फतेह दोस्तों, ਤੁਹਾਡੇ ਸਾਰਿਆਂ ਦਾ बहुत बहुत स्वागत करते हैं जी अपने YouTube ਤੇ Facebook चैनल ਦੇ ਉੱਪਰ। ਅੱਜ जो वीडियो लेके आए हैं जी ਇਹ ਹੈਗੀ ਹੈ जी 3 ਮੀਟਰ ਪਰਨੇ ਦੀ वीडियो। ਸੋ ਜਿਹੜੇ ਵੀਰਾਂ ਕੋ ਸਿੰਗਲ ਪਰਨਾ ਹੈਗਾ ਤੇ ਉਹਨੂੰ ਆਪਾਂ ਜਿਹੜੀ ਵੱਡੀ ਤੇ ਫੁੱਲਮੀ ਸ਼ੇਪ ਦੇ ਵਿੱਚ ਕਿਸ ਤਰ੍ਹਾਂ ਬੰਨਣਾ ਹੈਗਾ। ਸੋ ਇੱਕ ਥੱਲੇ ਆਪਾਂ ਛੋਟੀ ਕੇਸ ਕੀ ਆ ਜਿਹਨੂੰ ਆਪਾਂ ਇੱਕ ਉਹਦਾ ਲੜ ਆਪਾਂ ਲਾਉਣਾ ਤੇ ਆਪਣੇ ਕੇਸਾਂ ਨੂੰ ਉਹਦੇ ਨਾਲ ਹੀ ਆਪਾਂ ਕਵਰ ਕਰ ਲੈਣਾ। ਇਹਦੀ ਜਿਹੜੀ ਲੈਂਥ ਹੈਗੀ ਆ ਜੀ 1.5 ਮੀਟਰ ਦੀ ਆ ਤੇ ਇਹਦੀ ਜਿਹੜੀ ਚੜਾਈ ਆ ਉਹ ਹਾਫ ਕੀਤੀ ਹੋਈ ਆ। 1.5 ਮੀਟਰ ਕੱਪੜਾ ਲੈ ਕੇ ਜਿੱਦਾਂ ਪਹਿਲਾਂ ਵੀ ਦੱਸਦਾ ਕਿ ਉਹਨੂੰ ਲੰਬੇ ਲੋਟ ਕੱਟ ਲੈਣਾ। 1.5 ਮੀਟਰ ਦੇ ਦੋ ਜਿਹੜੇ ਪੱਲੇ ਬਣ ਜਾਣੇ ਆ ਤੇ ਇਹਦੇ ਨਾਲ ਹੀ ਆਪਾਂ ਕੇਸਾਂ ਨੂੰ ਰੋਲ ਕਰ ਲੈਣਾ। ਜੂੜਾ ਕਰ ਸਕਦੇ ਹੋ, ਢਿੱਲਾ ਜਿਹੜੇ ਤਰੀਕੇ ਨਾਲ ਤੁਸੀਂ ਬੰਨਣਾ ਚਾਹੋ ਬੰਨ ਸਕਦੇ ਹੋ। ਬਸ ਥੱਲੇ ਕੱਪੜਾ ਬੰਨਣ ਦਾ ਇਹ ਮਕਸਦ ਆ ਕਿ ਜਿਹੜਾ ਆਪਣਾ ਸਿੰਗਲ ਪਰਨਾ ਉਹਦੀ ਜਿਹੜੀ ਸ਼ੇਪ ਫੁੱਲਵੀਂ ਆ ਜਾਂਦੀ ਹੈ ਜਿਵੇਂ ਆਪਾਂ ਡਬਲ ਪਰਨੇ ਦੀ ਜਿਹੜੀ ਬੰਨਦੇ ਆ। ਅਗਰ ਤੁਹਾਡੇ ਕੋਲ ਛੋਟਾ ਪਰਨਾ 2.5 ਮੀਟਰ 3 ਮੀਟਰ ਤੇ 3.5 ਮੀਟਰ ਤੇ ਉਹਨੂੰ ਤੁਸੀਂ ਜਿਵੇਂ ਆਪਾਂ ਪੱਗ ਟਾਈਪ ਪਰਨਾ ਹੁੰਦਾ ਜਾਂ ਆਪਾਂ ਸਿਉਣ ਵਾਲਾ ਪਰਨਾ ਬੰਨਦੇ ਆ, ਅਗਰ ਤੁਹਾਡੇ ਕੋਲ ਨਹੀਂ ਹੈਗਾ ਜਾਂ ਉੱਦਾਂ ਦੀ ਤੁਸੀਂ ਸ਼ੇਪ ਬੰਨਣੀ ਚਾਹੁੰਦੇ ਹੋ ਜਾਂ ਸਿਉਣ ਵਾਲਾ ਪਰਨਾ ਤੁਹਾਨੂੰ ਭਾਰਾ ਲੱਗਦਾ, ਸੋ ਸਿੰਗਲ ਪਰਨੇ ਨੂੰ ਜਿਹੜਾ ਕਿ ਜਿੱਦਾਂ ਹੁਣ ਗਰਮੀ ਦਾ ਸਮਾਂ ਆ ਰਿਹਾ ਮੂਹਰੇ ਤੇ ਤੁਹਾਨੂੰ ਕੰਫਰਟੇਬਲ ਵੀ ਰਹੇ ਤਾਂ ਉਹ ਵਾਲਾ ਤਰੀਕਾ ਜਿਹੜਾ ਆਪਾਂ ਕਿੱਦਾਂ ਕਰਨਾ ਕਿ ਸਿੰਗਲ ਪਰਨੇ ਨੂੰ ਥੱਲੇ ਛੋਟਾ ਜਿਹਾ ਇੱਕ ਬੇਸ ਤਿਆਰ ਕਰਨਾ ਕੇਸਾਂ ਦੇ ਉੱਪਰ। ਤੇ ਹੁਣ ਜਿਹੜਾ ਇਹ ਜਾਮਣੀ ਕਲਰ ਤੁਸੀਂ ਪਰਨਾ ਦੇਖ ਰਹੇ ਹੋ ਇਹਦਾ ਇੱਕ ਖੁੰਝੇ ਤੋਂ ਲੜ ਫੜਨਾ ਤੇ ਉਸਨੂੰ ਜਿੱਦਾਂ ਆਪਾਂ ਪੱਗ ਬੰਨਦੇ ਆ ਉਹ ਵਾਲੇ ਤਰੀਕੇ ਨਾਲ ਮੂੰਹ 'ਚ ਲੜ ਫੜ ਕੇ ਸਿਰ ਦੇ ਉੱਪਰੋਂ ਜਿੰਨੀ ਚੜਾਈ ਦੇ ਵਿੱਚ ਹੈਗਾ ਉਸ ਤਰੀਕੇ ਨਾਲ ਹੀ ਲੈ ਆਉਣਾ, ਕਿਉਂਕਿ ਆਪਾਂ ਜਿਹੜਾ ਸਿਰ ਆ ਉਹ ਪਹਿਲੇ ਢੱਕ ਦੇਣਾ, ਕਿਉਂਕਿ ਆਪਾਂ 1-2 ਮਿੰਟ ਅਲੱਗ ਤੋਂ ਕੋਈ ਖਰਾਬ ਨਹੀਂ ਕਰਨੇ। ਬਸ ਸਿੰਪਲ ਉਹਨੂੰ ਜਿੰਨੀ ਚੜਾਈ 'ਚ ਹੈਗਾ ਉਹਨੂੰ ਮੱਥੇ 'ਤੇ ਲਾਉਣ ਤੋਂ ਪਹਿਲਾਂ ਘੁੱਟ ਕੇ ਅੱਖ 'ਤੇ ਰੱਖ ਲੈਣਾ, ਫਿਰ ਉਹਦੀ ਪੂਣੀ ਨਾਲ ਤੋਂ ਨਾਲ ਕਰਦੀ ਜਾਣੇ ਆ ਤੇ ਲੜ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਉੱਪਰੋਂ ਥੱਲੇ ਨੂੰ ਥੱਲੇ ਉੱਪਰ ਨੂੰ ਮੋੜ ਕੇ ਉੱਪਰ ਸੈੱਟ ਕਰਕੇ ਰੱਖ ਲੈਣਾ। ਜਿਵੇਂ ਪੱਗ ਬੰਨ੍ਹਦੇ ਉਹਨੇ ਉੱਪਰਲੇ ਪਾਸੋਂ ਲਾੜਾਂ ਨੂੰ ਹਲਕਾ ਜਿਹਾ ਮੋੜ ਕੇ ਬਸ ਉੱਪਰ ਵਾਲੇ ਲਾੜਾਂ ਨੂੰ ਜਦੋਂ ਆਪਾਂ ਚੰਗੀ ਤਰੀਕੇ ਨਾਲ ਮੋੜ ਤੇ ਅੱਗੇ ਲਿਆ ਕੇ ਜਿਹੜੀ ਆਪਾਂ ਉਹ ਪੂਣੀ ਨਾਲ ਦੀ ਨਾਲ ਕਰੀ ਸੀ ਬਸ ਉਹਨੂੰ ਹਲਕਾ ਜਿਹਾ ਘੁੱਟ ਕੇ ਲੜ ਰੱਖ ਦੇਣਾ। ਸੋ ਇੱਕ ਸੰਗਲ ਹੁੰਦਾ ਇਹਦੇ 'ਚ ਵਾਲ ਜਿੰਨੇ ਆਟੋਮੈਟਿਕਲੀ ਪੈ ਜਾਂਦੇ ਆ, ਜ਼ਿਆਦਾ ਪਾਉਣ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ। ਬਸ ਤੁਸੀਂ ਜਿੱਦਾਂ ਵੀਡੀਓ ਵਿੱਚ ਦੇਖ ਰਹੇ ਹੋ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰਕੇ ਲੜ ਨੂੰ ਉੱਪਰ ਰੱਖ ਦੇਣਾ, ਫਿਰ ਉਸ ਤੋਂ ਬਾਅਦ ਥੱਲੇ ਨੂੰ ਖਿੱਚਣਾ, ਪਲੇਨ ਹੋ ਜਾਊਗਾ ਜਦੋਂ, ਫਿਰ ਉਸ ਤੋਂ ਬਾਅਦ ਉੱਪਰਲੇ ਪਾਸੇ ਉਹਨੂੰ ਮੋੜਨਾ, ਫਿਰ ਅੱਗੋਂ ਜਿੱਥੋਂ ਲੜ ਫੜਿਆ ਉੱਥੇ ਤੱਕ ਪੂਰਾ ਸੈੱਟ ਕਰਕੇ ਉੱਪਰ ਲਿਆ ਕੇ ਮੋੜ ਲੈਣਾ। ਸੋ ਦੇਖੋ ਹੁਣ ਤੀਸਰਾ ਲੜ ਆਪਣਾ ਲੱਗ ਰਿਹਾ ਹੈ। ਤੀਸਰੇ ਲੜ 'ਤੇ ਜਿਹੜੀ ਸ਼ੇਪ ਪੂਰੀ ਖੜ ਗਈ ਆ, ਫਲਾਵਟ ਆ ਗਈ, ਕਿਹਦੇ ਕਰਕੇ? ਕਿਉਂਕਿ ਥੱਲੇ ਆਪਾਂ ਕੱਪੜਾ ਬੰਨਿਆ। ਇਹੀ ਜੇ ਕੱਪੜਾ ਨਾ ਹੁੰਦੇ ਨੇ ਬਿਲਕੁਲ ਸਿਰ ਦੇ ਨਾਲ ਲੱਗ ਜਾਣਾ ਸੀਗਾ। ਸੋ ਜਿਹੜੇ ਵੀਰਾਂ ਦੀ ਸ਼ੇਪ ਨਹੀਂ ਬਣਦੀ, ਜਿਹੜੇ ਕਹਿੰਦੇ ਕਿ ਪ੍ਰੋਪਰ ਸ਼ੇਪ ਨਹੀਂ ਆਉਂਦੀ ਹੈਗੀ, ਸੋ ਉਹਦੇ ਲਈ ਤੁਸੀਂ ਪ੍ਰੈਕਟਿਸ ਕਰੋ ਤੇ ਸ਼ਾਰਟਕੱਟ ਇਹੀ ਕਹਿ ਸਕਦੇ ਆ ਕਿ ਥੱਲੇ ਤੁਸੀਂ ਕੱਪੜਾ ਵਗੈਰਾ ਬੇਸ ਇੱਦਾਂ ਦਾ ਤਿਆਰ ਕਰ ਲਓ ਕਿ ਉਹਦੇ ਉੱਪਰ ਜਿਹੜਾ ਤੁਸੀਂ ਵੀ ਕੱਪੜਾ ਬੰਨੋ ਸਿੰਗਲ ਚਾਹੇ ਡਬਲ, ਥੱਲੇ ਦੇ ਜਿਹੜੇ ਬੇਸ ਦੇ ਅਕੋਰਡਿੰਗ ਉਹ ਆਟੋਮੈਟਿਕਲੀ ਸ਼ੇਪ ਜਿਹੜੀ ਉੱਦਾਂ ਦੀ ਲੈ ਲਵੇ। ਅਗਲਾ ਲੜ ਫਿਰ ਪਟਿਆਲਾ ਸ਼ਾਹੀ ਪੱਗ ਵਾਂਗੂ ਲੱਗਣੇ ਆ ਸਾਰੇ ਲੜ, ਥੋੜ੍ਹੇ ਥੋੜ੍ਹੇ ਥੱਲੇ ਆਈ ਜਾਣੇ ਆ। ਇਹ ਜਿਹੜਾ ਲਾਸਟ ਤੋਂ ਪਹਿਲਾਂ ਵਾਲਾ ਲਾੜਾ ਇਹਨੂੰ ਆਪਾਂ ਬਲਾਂ ਵਾਲਾ ਹੀ ਲਾਵਾਂਗੇ, ਮਤਲਬ ਇਹਨੂੰ ਇੱਕ ਜਿੱਦਾਂ ਆਪਾਂ ਪੇਚ ਮੋੜਦੇ ਹੁੰਦੇ ਆ ਪੱਗ ਦੇ ਵਿੱਚ ਉਹ ਵਾਲੇ ਤਰੀਕੇ ਨਾਲ ਮੋੜ ਕੇ ਲਾ ਦਾਂਗੇ। ਸੋ ਹੁਣ ਆਉਂਦੀ ਆ ਜੀ ਇਹਦੇ ਲਾਸਟ ਲੜ ਦੀ ਗੱਲ। ਇਹਦਾ ਫਾਇਦਾ ਬਹੁਤ ਆਪਾਂ ਨੂੰ ਜਿਹੜਾ ਆਪਾਂ ਇਹ ਵਾਲਾ ਲੜ ਲਾਉਂਦੇ ਆ, ਦੇਖੋ ਇਹਦੇ ਨਾਲ ਕੀ ਆ ਕਿ ਇੱਕ ਤਾਂ ਇਹ ਅੱਖ ਤੋਂ ਢਿੱਲਾ ਨਹੀਂ ਹੁੰਦਾ, ਦੂਸਰੇ ਨੰਬਰ 'ਤੇ ਇਹ ਲੜ ਟਾਈਟ ਰਹਿੰਦਾ। ਉਹ ਕਿਵੇਂ? ਸਿੰਗਲ ਲੜ ਆ, ਇਹਨੂੰ ਸੈਟਿੰਗ ਕਰ ਲੈਣੀ ਆ ਜੀ ਪਹਿਲਾਂ ਆਪਾਂ ਪੂਰੀ ਤੇ ਇਹਨੂੰ ਤੁਸੀਂ ਸਾਫ ਲਾ ਸਕਦੇ ਹੋ, ਬਲਾਂ ਵਾਲਾ ਲਾ ਸਕਦੇ ਹੋ। ਕਰਨਾ ਕੀ ਹੈ, ਬਸ ਜਿੱਥੋਂ ਆਪਾਂ ਲੜ ਮੋੜ ਕੇ ਲਾਇਆ ਇਹਨੂੰ ਉੱਥੇ ਆ ਕੇ ਬਿਲਕੁਲ ਇਹਦੀ ਜਿਹੜੀ ਚੜਾਈ ਘਟਾ ਦੇਣੀ ਆ, ਉੱਥੋਂ ਇਹਨੂੰ ਦੱਬ ਕੇ ਉਹ ਜਿਹੜਾ ਲਾੜਾ ਉਹਦੇ ਵਿੱਚ ਫਸਾ ਦੇਣਾ। ਸੋ ਇਹ ਵਾਲਾ ਜਿਹੜਾ ਆਪਣਾ ਲਾੜਾ ਇਹਨੂੰ ਤੁਸੀਂ ਉੱਪਰ ਦੀ ਵੀ ਕੱਢ ਸਕਦੇ ਹੋ। ਬਹੁਤ ਵੀਰਾਂ ਦੇ ਕਮੈਂਟ ਆਏ ਸੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਉੱਪਰ ਦੀ ਲੜ ਨਿਕਲਦਾ ਨਹੀਂ। ਅਗਰ ਉੱਪਰੋਂ ਲੜ ਨਹੀਂ ਨਿਕਲਦਾ ਤਾਂ ਇਹ ਵਾਲੇ ਲੜ ਨੂੰ ਜਿਹੜਾ ਤੁਸੀਂ ਲੜ ਲਾਇਆ ਉਂਗਲੀ ਨਾਲ ਜਾਂ ਤੁਸੀਂ ਬਾਏ ਨਾ ਉਹਦੇ ਵਿੱਚ ਹੀ ਜਿਹੜਾ ਲੰਬੇ ਪਾਸੇ ਵੱਲ ਨੂੰ ਆਪਣੇ ਬਲਾਂ ਵਾਲੀ ਸਾਈਡ ਨੂੰ ਲਾ ਸਕਦੇ ਹੋ। ਸੋ ਇਹ ਸੀਗੀ ਜੀ ਵੀਡੀਓ। ਸੋ ਡੇਲੀ ਰੂਟੀਨ ਦੇ ਵਿੱਚ ਹੁਣ ਮੈਂ ਇਹੀ ਪਰਨਾ ਆਪਦੇ ਬੰਨਦਾ। ਸੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ, ਸ਼ੇਅਰ ਜ਼ਰੂਰ ਕਰੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।